ਜੀ ਅਸਲਾਮੁਅਲੈਕਮ ਜਨਾਬੇ ਅਲੀ ਕੱਲ ਇੱਕ ਬੜਾ ਅਜੀਬ ਵਾਕਿਆ ਹੋਇਆ ਐ ਮੀਆਂ ਸਾਹਿਬ ਦੀ ਰਿਆਸ਼ਕਾ ਜਿਹੜੀ ਹੈ ਲੰਡਨ ਦੇ ਵਿੱਚ ਉਹਦੇ ਸਾਹਮਣੇ ਕੋਈ 15-20 ਨਸ਼ਈ ਬਗੈਰਤ ਕਰਾਏ ਦੇ ਚੰਦ ਟੱਟੂ ਉੱਥੇ ਆ ਕੇ ਨਾ ਉਹਨਾਂ ਨੇ ਬੈਨਰ ਉਠਾਏ ਸੀ ਔਰ ਬੈਨਰਾਂ ਤੇ ਲਿਖਿਆ ਸੀ ਕਿ ਗੋ ਨਵਾਜ਼ ਕੋ ਤੇ ਨਾਲ ਲਿਖਿਆ ਸੀ ਵੀ ਲਵ ਪਾਕ ਕਰਨੇ ਉਹ 15-20 ਲੋਕ ਜਨਾਬ ਉੱਥੇ ਆਏ ਆਹ ਕੋਣ ਨੇ ਕੋਈ ਸ਼ੋਰ ਸ਼ਰਾਬਾ ਕੀਤਾ ਕੋਈ ਨਾਰੇਬਾਜ਼ੀ ਕੀਤੀ ਹੈ ਔਰ ਉਹਨਾਂ ਨੇ ਆਪਣਾ ਚਿਹਰੇ ਜਿਹੜੇ ਨੇ ਨਾ ਉਹ ਨਕਾਬ ਫੁੱਲ ਜਿਹੜਾ ਹੈ ਨਾ ਉਹ ਢੱਕੇ ਸੀ ਆਪਣੇ ਚਿਹਰੇ ਬਿਲਕੁਲ ਛੁਪਾ ਕੇ ਰੱਖੇ ਸੀ ਔਰ ਉਹ ਮਜ਼ਾਰਾ ਕਰ ਰਹੇ ਸੀ ਵੇ ਤੁਸੀਂ ਇਹ ਸਭ ਤੋਂ ਪਹਿਲਾਂ ਤੋਂ ਗੱਲ ਇਹ ਵੇ ਕਿ ਤੁਸੀਂ ਬਗੈਰ ਤੋਂ ਤੁਹਾਨੂੰ ਸਾਡੀ ਫੌਜ ਨੂੰ ਬਦਨਾਮ ਕਰਨ ਦਾ ਲਾਇਸੈਂਸ ਜਿਹੜਾ ਉਹ ਕਿਸ ਦਿੱਤਾ ਕਿ ਤੁਸੀਂ ਚੰਦ ਕਿਰਾਏ ਦੇ ਟੱਟੂ ਇੱਥੇ ਪਤਾ ਨਹੀਂ ਕਿੱਥੇ ਲੰਡਨ ਦੀਆਂ ਸੜਕਾਂ ਤੇ ਤੁਸੀਂ ਰੁਲਦੇ ਫਿਰਦੇ ਕਿੱਥੇ ਤੁਸੀਂ ਇਹ ਮਤਲਬ ਸੌਂਦੇ ਹੋ ਤਾਂ ਕਿੱਥੋਂ ਤੁਸੀਂ ਤੁਹਾਨੂੰ ਲੈ ਕੇ ਆਏ ਨੇ 10-10 ਪਾਉਂਡ ਲੈ ਕੇ ਤੇ ਤੁਸੀਂ ਉੱਥੇ ਆਏ ਹੋ ਸਿਕਟਾਂ ਦੀ ਡੱਬੀ ਲੈ ਕੇ ਔਰ ਤੁਸੀਂ ਬੈਨਰ ਚੁੱਕੇ ਨੇ ਕਬਈ ਲਾਪ ਪਾਕ ਕਰਨ ਕਿਹਾ ਸਾਡੀ ਪਾਕ ਕਰਨੀ ਦਾ ਸਟੈਂਡਰਡ ਇੰਨਾ ਲੋ ਹੋ ਗਿਆ ਕਿ ਤੁਹਾਡੇ ਵਰਗੇ ਨਸ਼ਈ ਬੇਗਾਰਤ ਲੋਕ ਜਿਹੜੇ ਨੇ ਉਹ ਬੈਨਰ ਚੁੱਕ ਕੇ ਉੱਥੇ ਲਾ ਕੇ ਫਿਰਦੇ 10-12 ਲੋਕ 24 ਕਰੋੜ ਦੀ عوام ਦਾ ਸਾਡਾ ملک ਹੈ ਤੇ ਤੁਸੀਂ ਸਿਰਫ 10 12 ਲੋਕ ਰਹਿ ਗਏ ਹੋ ਜਿਹੜੇ ਸਾਡੀ ਆਰਮੀ ਨਾਲ ਪਿਆਰ ਕਰਦੇ ਹੋ ਬਾਕੀ ਜਿਹੜੇ ਨੇ 24 ਕਰੋੜ ਉਹ ਬਿਲਕੁਲ ਫਾਰਕ ਹੈ ਜਿਆਦਾ ਜਿਸ ਵੀ ਹਰਕਤ ਕੀਤੀ ਜਿਸ ਕਮੀਨੇ ਨੇ ਹਰਕਤ ਕੀਤੀ ਉਹ ਸਾਡੀ ਫੌਜ ਨੂੰ ਬਦਨਾਮ ਕੀਤਾ ਸਾਡੇ ملک ਨੂੰ ਬਦਨਾਮ ਕੀਤਾ ਔਰ ਉੱਥੇ ਮੁਜ਼ਾਹਰਾ ਕਰਨ ਦਾ ਤੱਕ ਹੀ ਬੰਦਾ ਸੀ ਔਰ ਫਿਰ ਜਨਾਬ ਜਦੋਂ ਉੱਥੇ ਪੁਲਿਸ ਆਈ ਔਰ ਇਹ ਬਾਦਰ ਲੋਕ ਜਿਹੜੇ ਉੱਥੇ ਨਸ਼ਈ ਹਰਾਮਜ਼ਾਦੇ ਜਿਹੜੇ ਗਏ ਸੀ ਮੁਜ਼ਾਹਰਾ ਕਰਨ ਏ ਆਪਣੀਆਂ ਜੁੱਤੀਆਂ ਉੱਥੇ ਛੱਡ ਕੇ ਨਾ ਸਕੇ ਜਿਹੜੇ ਉਹ ਲਵ ਆਰਮੀ ਵਾਲੇ ਪੋਸਟਰ ਚੁੱਕੇ ਸੀ ਉਹ ਉੱਥੇ ਛੱਡ ਕੇ ਨਾ ਸਕੇ ਏ ਇਹਨਾਂ ਦੇ ਜਿਹੜੇ ਕੰਨਾਂ ਦੇ ਉਹਨਾਂ ਲਾਏ ਸੀ ਉਹ ایرਫੋਨ ਉਹ ਉੱਥੇ ਛੱਡ ਕੇ ਨਾ ਸਕੇ ਔਰ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਉਹ ਜਨਾਬ 5 ਮਿੰਟ ਬਾਅਦ ਜਦੋਂ ਪੁਲਿਸ ਆਈ ਉਹ ਤਿੱਤਰ ਬਿੱਤਰ ਹੋ ਕੇ ਨਸ ਗਏ ਜੁੱਤੀਆਂ ਬੈਗ ਟੋਪੀਆਂ ਸਾਰਾ ਕੁਝ ਉੱਥੇ ਉੱਥੇ ਨਾਲ ਛੱਡ ਕੇ ਤੇ ਉਹ ਨਸ ਗਏ ਨਾ ਐ ਤੇ ਤੁਹਾਡਾ ਹਾਲ ਹੈ ਤੇ ਲਿਆਦਾ ਮੈਂ ਅਥਾਰਟਿਸ ਅਗੇ ਅਪੀਲ ਕਰਨਾ ਕਿ ਜਿੰਨਾ ਵੀ ਲੋਕਾਂ ਨੇ ਇਹ ਪਲਾਟ ਕੀਤਾ ਸੀ ਉਹਨੂੰ ਫੜ ਕੇ ਉਹਦੇ ਛਤਰਾਉਣ ਕਰੋ ਔਰ ਉਹਨੂੰ ਸਮਝਾਓ ਕਿ ਕਿੱਥੇ-ਕਿੱਥੇ ਜਾ ਕੇ ਤੁਸੀਂ ਗਲੀਆਂ ਮੱਲਿਆਂ ਦੇ ਵਿੱਚ ਆਪਣੀ ਫੌਜ ਨੂੰ ਬਦਨਾਮ ਕਰ ਰਹੇ ਹੋ ਔਰ ਕੀ ਤੁਸੀਂ ਇਹ ਇਹ ਫੌਜ ਦੀ ਇਸ ਤਰ੍ਹਾਂ ਤੁਸੀਂ ਬਦਨਾਮੀ ਕਰਕੇ ਕੀ ਕਮਾਣਾ ਚਾਹੁੰਦੇ ਹੋ ਕੀ ਤੁਹਾਨੂੰ ਹਾਸਲ ਇਹਦੇ ਚੋਂ ਕੀ ਲੱਭਾ ਔਰ ਜਿੰਨੇ ਸੰਨ ਪਤਾ ਹੈ ਕਿਸ ਕਰਾਇਆ ਅਸੀਂ ਇਹ ਕਰ ਨਹੀਂ ਸਕਦੇ ਫਿਰਾਲ ਵਕਤ ਆਏਗਾ ਤੇ ਦੱਸਾਂਗੇ ਕਿ ਕਰਾਇਆ ਕਿੰਨੇ ਔਰ ਇਹਦੇ ਪਿੱਛੇ ਕੌਣ ਹੈ ਲੇਕਿਨ ਫਿਰਾਲ ਅਸੀਂ ਇਹ ਹੀ ਅਪੀਲ ਕਰਨੇ ਆ ਅਥਾਰਟिटीज ਅਗੇ ਕਿ ਜਿੰਨੇ ਵੀ ਇਹ ਕਰਾਇਆ ਉਹਨੂੰ ਬਲਾਕ ਉਦੋਂ ਸੁਦਾ ਦਿੱਤੀ ਜਾਏ ਔਰ ਉਹਨੂੰ ਸਮਝਾਇਆ ਜਾਏ ਕਿ ਕਿਉਂ ਆਪਣੇ ਮੁਲਕ ਦੀ ਆਪਣੀ ਫੌਜ ਦੀ ਇਸ ਤਰ੍ਹਾਂ ਤੁਸੀਂ ਇੱਜ਼ਤ ਜਿਹੜੀ ਇਹ ਉਹ ਰੋਲ ਦੇਓ ਜਾ ਕੇ ਬਰੋਨੇ ਮੁਲਕ ਕਿਉਂ ਮੀਆਂ ਵਾਸ਼ ਦੀ ਇੱਕ ਸਿਆਸੀ ਆਦਮੀ ਹੈ ਉਰੋ ਸਿਆਸੀ ਆਦਮੀ ਦੇ ਘਰ ਜਾ ਕੇ ਤੁਸੀਂ ਸਿਆਸੀ ਮੁਜ਼ਾਰਾ ਕਰ ਲਓ ਉੱਥੇ ਜਾ ਕੇ ਤੁਸੀਂ ਆਪਣੀ ਫੌਜ ਨੂੰ ਇਨਵੋਲਵ ਕਿਉਂ ਕਰ ਦਿੱਤਾ ਵਿੱਚ ਉਹਨੇ ਸਿਰਫ ਇਹ ਨਹੀਂ ਕਿਹਾ ਨਾ ਕਿ ਆਸਮ ਬਾਜਵਾ ਜਿਹੜਾ ਹੈ ਉਹ ਆਪਣੀਆਂ ਰਸੀਦਾਂ ਕੱਢੇ ਤੇ ਆਸਮ ਬਾਜਵਾ ਰਸੀਦਾਂ ਕੱਢੇ ਨਾ ਅਰਬਾਂ ਰੁਪਈਆ ਜੋ ਖਾ ਕੇ ਨਿਕਲ ਗਿਆ ਆਪਣੀ ਫੈਮਿਲੀ ਦੇ ਨਾਲ ਪਾਪਾ ਜਿਹਨ ਪੀਜੇ ਦੀ ਰਸੀਦਾ ਕੱਢੇ ਕਿਉਂ ਨਹੀਂ ਕੱਢਦਾ ਕੀ ਹੈ ਉਹਨੂੰ ਕੋਈ ਸਰਖਾਬ ਦੇ ਉੱਪਰ ਲੱਗੇ ਕਿ ਆ ਉੱਤੋਂ ਆਇਆ ਹੈ ਜਾਂ ਕੋਈ ਵਲੀ ਅੱਲਾ ਇਹਨੇ ਕਿਹਾ ਨਾ ਕਿ ਰਸੀਦਾਂ ਬਈ ਕੱਢੋ ਹਰ ਬੰਦਾ ਰਸੀਦਾ ਆਪਣੀਆਂ ਕੱਢਿਆ ਹਣਾ ਜੇ ਮੀਆਂ ਨਵਾਜ਼ ਸਿੰਘ ਆਪਣੀਆਂ ਰਸੀਦਾਂ ਦੇ ਸਕਦਾ ਤੇ ਆ ਸਮਾਜਵਾਦੀ ਕਿਸ ਖੇਤ ਦੀ ਮੋਲੀ ਤੇ ਲਿਆਦਾ ਆਪਣੇ ਆਧਾਰਿਆਂ ਨੂੰ ਸਿਆਸਤ ਦੇ ਵਿੱਚ ਲਿਆ ਕੇ ਬਦਨਾਮ ਨਾ ਕਰੋ ਜਿਸ ਸਾਹਿਬ ਨੇ ਵੀ ਹੱਕਤ ਕੀਤੀ ਹੈ ਜਿਸ ਸਾਹਿਬ ਨੇ ਵੀ ਇਹ ਲੋਕ ਕਿਰਾਏ ਤੇ ਆਂਦੇ ਸੀ ਪਾਕਿਸਤਾਨ ਦੇ ਫੰਡ ਚੋਂ ਉਹਨੂੰ ਵੀ ਸ਼ਰਮ ਆਣੀ ਚਾਹੀਦੀ ਔਰ ਉਹਦੇ ਵੱਡਿਆਂ ਨੂੰ ਸੋਚਣਾ ਚਾਹੀਦਾ ਕਿ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਪਾਕਿਸਤਾਨ ਦੀ ਬਦਨਾਮੀ ਦਾ ਬេសਪੰਡੀਆਂ ਨੇ। ਇਹਦੇ 'ਚ ਕੋਈ ਇੱਜ਼ਤ ਨਹੀਂ ਆ। ਇਹਦੇ 'ਚ ਬਦਨਾਮੀ ਹੀ ਬਦਨਾਮੀ ਜਿੰਨੀ ਘਟ ਰੋ। ਨਿਆਜ਼ੀ ਜਿਹੜਾ ਉਹ ਪਾਕਿਸਤਾਨ ਨੂੰ ਤਬਾਹ ਕਰਕੇ ਬਦਨਾਮੀ ਕਰ ਰਿਹਾ। ਔਰ ਇਹ ਜਿਹੜੇ ਲੋਗ ਨੇ ਕਿਰਾਏ ਦੇ ਟੱਟੂ ਫਰਿਸ਼ਤਿਆਂ ਦੇ ਇਹ ਪਾਕਿਸਤਾਨ ਤੋਂ ਬਾਹਰ ਰਹਿ ਕੇ ਪਾਕਿਸਤਾਨ ਦੀ ਅਧਾਰਿਆਂ ਦੀ ਔਰ ਪਾਕਿਸਤਾਨ ਦੀ ਬਦਨਾਮੀ ਕਰ ਰਹੇ ਨੇ। ਲਿਹਾਜ਼ਾ ਤਮਾਮ ਵੱਡੀਆਂ ਅਥਾਰਟੀਆਂ ਕੇ ਮੇਰੀ ਗੁਜ਼ਾਰਿਸ਼ ਹੈ ਇਸ ਤਰ੍ਹਾਂ ਦਾ ਅਗਰ ਤੁਸੀਂ ਮੁਜ਼ਾਰਾ ਕਿਦਰੇ ਪਲਾਟ ਕਰਨਾ ਹੀ ਹੈ ਕਿਦਰੇ ਲਵਾਣਾ ਹੀ ਹੈ ਤੇ ਉਥੇ ਅਦਾਰਿਆਂ ਨੂੰ ਬਦਨਾਮ ਨਾ ਕਰਿਆ ਕਰੋ ਸਿਆਸੀ ਮੁਜ਼ਾਰਾ ਕਰੋ ਫਿਰ ਮੈਦਾਨ ਲੱਗੇ ਫਿਰ ਮਜ਼ਾ ਆਏ ਫਿਰ ਅਸੀਂ ਵੀ ਜਾਈਏ ਤੁਹਾਡਿਆਂ ਘਰਾਂਗੇ ਉਥੇ ਜਾ ਕੇ ਅਸੀਂ ਵੀ ਮੁਜ਼ਾਰਾ ਕਰੀਏ ਸਿਆਸੀ ਲੇਕਿਨ ਅਦਾਰਿਆਂ ਨੂੰ ਵੇਚ ਨਹੀਂ ਲੈਣਾ ਅਦਾਰੇ ਸਭ ਤੇ ਸਾਜ ਨੇ ਇਹ ਪਾਕਿਸਤਾਨ ਦੇ ਅਸਾਸਲ ਇਹਨਾਂ ਨੂੰ ਮੁਤਨਾਜ਼ਾ ਨਹੀਂ ਕਰਨਾ ਚਾਹੀਦਾ لہذا ਮੇਰੀ ਅਪੀਲ ਹੈ ਕਿ ਇਸ ਤਰ੍ਹਾਂ ਦੀਆਂ ਹਰਾਮ ਜ਼ਿੰਦਗੀਆਂ ਬੰਦ ਕੀਤੀਆਂ ਜਾਣ। ਔਰ ਪਾਕਿਸਤਾਨ ਦੇ ادارے ਦੀ ਇੱਜ਼ਤ ਜਿਹੜੀ ਹੈ ਉਹ ਮਹਫੂਜ਼ ਰੱਖੀ ਜਾਵੇ। ਔਰ ਸਿਆਸਤ ਸਿਆਸਤ ਸਿਆਸੀ ਮੈਦਾਨ ਦੇ ਵਿੱਚ ਕੀਤੀ ਜਾਵੇ। ਕਿਸੇ ਦੇ ਘਰਾਂਗੇ ਜਾ ਕੇ ਨਾ ਕੀਤੀ ਜਾਵੇ। ਬਾਹਰਲ ਪਾਕਿਸਤਾਨੀਓ ਇਹਨਾਂ ਨੌਸਰਬਾਜ਼ਾਂ ਦਾ ਖਿਆਲ ਰੱਖੋ। ਇਹ ਇੱਕ ਵਾਰੀ ਫਿਰ ਤੁਹਾਨੂੰ ਆਪਣੀ ਨੌਸਰਬਾਜ਼ੀ ਦੇ ਨਾਲ ਤੁਹਾਡੇ ਦਿਮਾਗ ਦੇ ਵਿੱਚੋਂ ਇਹ ਮਹਿੰਗਾਈ, ਇਹ ਬੇਰੋਜ਼ਗਾਰੀ, ਇਹ ਪਾਕਿਸਤਾਨ ਦਾ ਜੜ ਡੁੱਬਣਾ ਇਹ ਤੋਂ ਨਜ਼ਰ ਹਟਾਣਾ ਚਾਹੁੰਦੇ ਨੇ ਔਰ ਇਸ ਤਰ੍ਹਾਂ ਦੀਆਂ ਉੱਚੀਆਂ ਰਤਾਂ ਕਰ ਰਹੇ ਨੇ। ਇਹਨਾਂ ਕੋਲ ਬਚੋ ਔਰ ਸਿਰਫ ਔਰ ਸਿਰਫ ਤਵੱਜੂ ਦਿਓ ਕਿ ਇਸ ਸਿਲੈਕਟਿਡ ਹਕੂਮਤ ਨੂੰ ਆਇਨੀ ਤਰੀਕੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਸੇ ਫਾਰਕ ਕਰਨਾ ਔਰ ਪਾਕਿਸਤਾਨ ਜਿਹੜਾ ਹੈ ਉਹ ਫਿਰ ਤਰੱਕੀ ਦੀ ਦਿਗਰ ਤੇ ਚੱਲੇ। ਪਾਕਿਸਤਾਨ Зиндавад.